ਤੇ ਯਾਰ ਪੰਜਾਬੀ ਤਾਂ ਉੱਥੇ ਕੋਈ ਦੇਖ ਹੀ ਨਹੀਂ ਰਿਹਾ, ਇੱਕ ਟਾਈਮ ਸੀਗਾ ਜਿੱਥੇ ਪੱਗਾਂ ਹੀ ਪੱਗਾਂ ਸਾਡੇ ਪੰਜਾਬ 'ਚ ਚਮਕ ਚਮਕਦੀਆਂ ਸੀ, ਪਿੱਛੇ ਦੁਸਹਿਰੇ ਦੀਆਂ ਫੋਟੋਆਂ ਦੇਖ ਕੇ ਦਿਲ ਘਬਰਾਉਂਦਾ। ਕਰਪਸ਼ਨ ਨੂੰ ਛੱਡ ਕੇ, ਹਲੇ ਕਰਪਸ਼ਨ 'ਤੇ ਤਾਂ ਲਗਾਮ ਪੈਣੀ ਆ ਨਹੀਂ ਪੈਣੀ ਉਹ ਤਾਂ ਬਾਅਦ ਦੀ ਗੱਲ ਆ। ਭਗਵੰਤ ਮਾਨ ਦੀ ਇਮਾਨਦਾਰੀ 'ਤੇ ਨਹੀਂ ਕੋਈ ਸ਼ੱਕ ਕਰ ਸਕਦਾ, ਜਾਂ ਉਹਦੀ ਨੌਲੇਜ 'ਤੇ ਜਾਂ ਉਹਦੀ ਨੌਲੇਜ 'ਤੇ, ਜਿਹੜੀਆਂ ਤਿੰਨੇ ਪਾਰਟੀਆਂ ਪੰਜਾਬ ਦੀਆਂ ਉਹਨਾਂ ਨੂੰ ਇਕੱਠੇ ਹੋਣਾ ਚਾਹੀਦਾ। ਆਪਾਂ ਜਿਹਦੇ ਵੱਡੇ ਫੈਨ ਆ ਸੁਖਬੀਰ ਸਿੰਘ ਬਾਦਲ ਦੇ, ਉਹੀ ਆਪਾਂ ਨਾਲ ਉਹਦੀ ਵਾਹ ਵੀ ਲਈ ਜਾਂਦੇ। ਅੱਜ ਇਕੱਲਾ ਨਿਕਲਿਆ ਮੈਂ, ਬਾਈ ਹੈਗਾ ਸੁੱਤਾ, ਲੇਟ ਹੀ ਸੁੱਤਾ, ਮੈਨੂੰ ਕੰਮ ਸੀ, ਬਾਈ ਡਿਊਟੀ ਕਰਕੇ ਆਇਆ ਸੌਂ ਗਿਆ ਹੁਣ। ਮੈਂ ਆਇਆ ਸਵੇਰ ਦਾ, ਆਪਦਾ ਕੰਮ ਕਰ ਲਿਆ, ਜਿਹੜੇ ਪੇਪਰ ਵਰਕ ਹੁੰਦੇ ਆ ਉਹ ਫਿਨਿਸ਼ ਹੋ ਗਿਆ, ਅਤੇ ਅੱਜ ਹੈਗਾ ਆਪਣੇ ਛੋਟੇ ਦਾ ਜਨਮ ਦਿਨ, ਜਾਕੀ ਉਸਤਾਦ ਦਾ। ਅਤੇ ਮੈਂ ਸੋਚਦਾ ਬੱਚੇ ਲਈ ਕੁਛ ਗਿਫਟ ਲੈ ਲਈਏ ਆਪਾਂ, ਗਿਫਟ ਇੰਨੇ ਨਾਲ ਜਵਾਕ ਖੁਸ਼ ਹੋ ਜੂਗਾ। ਚਲੋ ਫਿਰ ਚੱਲੀਏ, ਅੱਜ ਸੈਲੀਬ੍ਰੇਟ ਕਰਦੇ ਜਾਕੀ ਦਾ ਆਪਾਂ ਬਰਥਡੇ। ਗੱਡੀ ਲਾਤੀ ਆਪਾਂ ਪਾਰਕ ਪਾਰਕਿੰਗ 'ਚ ਗੱਡੀ ਲੱਗ ਗਈ ਆ। ਅਤੇ ਵੈਸੇ ਇਕੱਲਾ ਮੈਂ, ਪਸੰਦ ਤਾਂ ਮੈਨੂੰ ਕੁਛ ਆਉਣਾ ਨਹੀਂ, ਫਿਰ ਵੀ ਚੈੱਕ ਕਰ ਲੈਂਦੇ ਹਾਂ ਕਿਉਂਕਿ ਮੈਂ ਇੱਥੇ ਹੀ ਸੀਗਾ ਔਲਰੇਡੀ। ਚੱਲਦੇ ਆ ਮੌਲ, ਇਕੱਲੇ ਨੂੰ ਘੁੰਮਣਾ ਬੜਾ ਅਜੀਬ ਲੱਗਦਾ ਯਾਰ ਮੌਲ ਦੇ ਵਿੱਚ, ਹੈ ਨਾ, ਬੰਦਾ ਐਵੇਂ ਕਮਲਿਆਂ ਨੂੰ ਘੁੰਮੀ ਜਾਂਦਾ। ਅਤੇ ਹਜੇ ਤੱਕ ਮੈਨੂੰ ਕੰਮ ਦੀ ਕੋਈ ਚੀਜ਼ ਤਾਂ ਦਿਖੀ ਨਹੀਂ, ਮੌਲ ਹੀ ਕਾਫੀ ਵੱਡਾ ਜਿਹੜੀ ਆਪਾਂ ਹੁਣ ਲੈ ਲਈਏ। ਚਲੋ ਲੱਭਣੀ ਤਾਂ ਪੈਣੀ ਆ ਜਵਾਕ ਦੀ। ਪਿੱਛੇ ਦੇਖ ਹੀ ਗਿਆ ਹੋਣਾ ਟੋਆਏ ਸ਼ੋਪ ਹੈ, ਤਾਂ ਇੱਕ ਚੀਜ਼ ਬਹੁਤ ਦੇਰ ਤੋਂ ਡਿਮਾਂਡ ਕਰਦਾ ਸੀ ਉਹ ਸਕੇਟਿੰਗ ਬੋਰਡ, ਹਾਲਾਂਕਿ ਚਲਾਉਣਾ ਉਹਨੂੰ ਆਉਂਦਾ ਨਹੀਂ। ਅਤੇ ਕਾਫੀ ਘੁੰਮਣ ਤੋਂ ਬਾਅਦ ਮੈਨੂੰ ਸ਼ੌਪ ਮਿਲੀ, ਤਾਂ ਇਹੀ ਪਸੰਦ ਆਇਆ ਮੈਨੂੰ, ਅਤੇ ਉਹਦੀ ਡਿਮਾਂਡ ਵੀ ਸੀਗੀ। ਕਰ ਲੈਂਦੇ ਹਾਂ ਮੈਂ ਪੇਪੂ ਕਰਕੇ ਫਿਰ ਕਰਦੇ ਗੱਲ। ਲਓ ਵੀ ਜਾਕੀ ਦਾ ਗਿਫਟ ਹੋ ਗਿਆ, ਹੁਣ ਚਲੋ ਬੱਚਾ ਖੁਸ਼ ਹੋ ਜੂਗਾ ਬਰਥਡੇ 'ਤੇ, ਕੇਕ ਉਹਨੂੰ ਮੰਗਾਈ ਦੇਣਾ ਵਾ। ਕਾਫੀ ਦੇਰ ਦਾ ਡਿਮਾਂਡਿੰਗ 'ਚ ਸੀ ਉਹਦਾ ਸਕੇਟਿੰਗ ਬੋਰਡ, ਅਤੇ ਉਹ ਹੋ ਗਿਆ ਹੁਣ। ਕਾਫੀ ਟਾਈਮ ਤੋਂ ਜਾਕੀ ਡਿਮਾਂਡ ਕਰ ਰਿਹਾ ਸੀ ਸਕੇਟਿੰਗ ਬੋਰਡ, ਅਤੇ ਫਾਈਨਲੀ ਉਹਨੂੰ ਮਿਲ ਜੂ ਹੁਣ। ਬੱਚੇ ਇੰਨੇ ਕੁ ਨਾ ਖੁਸ਼ ਹੋ ਜਾਣਗੇ, ਬਾਕੀ ਹੁਣ ਮਿਲਦੇ ਇੱਕ ਦੋ ਕੰਮ ਹੋਰ ਆ। ਚਲੋ ਫਿਰ, ਇੱਕ ਤਾਂ ਬਾਈ ਤੋਂ ਬਿਨਾਂ ਵਲੋਗਿੰਗ ਬੜੀ ਔਖੀ ਆ, ਹਾਂ ਇਕੱਲੇ ਨੂੰ, ਅਤੇ ਦੂਜਾ ਇਕੱਲੇ ਨੂੰ ਮੌਲ 'ਚ ਘੁੰਮਣਾ, ਕੋਈ ਸਮਾਨ ਖਰੀਦਣਾ ਹੋਰ ਵੀ ਔਖਾ। ਇਕੱਲੇ ਦਾ ਘੁੰਮਣਾ ਬੜਾ ਔਖਾ ਯਾਰ ਬੰਦੇ ਦਾ। ਉਹ ਮੈਂ ਚੱਲ ਲੰਘ ਰਿਹਾ ਸੀ, ਫਿਰ ਮੈਨੂੰ ਯਾਦ ਆ ਗਿਆ ਬੱਚੇ ਦਾ ਬਰਥਡੇ ਆ, ਕੁਛ ਲੈ ਹੀ ਲੈਂਦੇ ਹਾਂ, ਹੈ ਨਾ, ਜਾਂ ਤਾਂ ਫਿਰ ਹੁਣ ਮਿਸ ਹੋ ਜਾਂਦਾ, ਉਹਨੂੰ ਗਿਫਟ ਕੋਈ ਮਿਲਣਾ ਹੀ ਨਹੀਂ ਸੀ, ਜਾਂ ਫਿਰ ਜਾਂਦੇ ਫੈਮਿਲੀ ਲੈ ਕੇ ਆਉਂਦੇ। ਟਾਈਮ ਸੇਵ ਕਰ ਲਿਆ ਮੇਰੇ ਕਹਿਣ ਦਾ ਮਤਲਬ ਨਾ। ਚਲੋ ਹੁਣ ਚੱਲਦੇ ਹਾਂ ਘਰੇ, ਫਿਰ ਦੁਪਹਿਰੇ ਫਿਰ ਨਿਕਲਣਾ ਪੈਣਾ ਇੱਕ ਹੋਰ ਕੰਮ, ਮਿਲਦੇ ਹਾਂ ਫਿਰ ਬ੍ਰੇਕ ਤੋਂ ਬਾਅਦ। ਅੱਜ ਇਹ ਬੰਦੇ ਦਾ ਬਰਥਡੇ ਆ, ਇਹ ਘੈਂਟ ਬੰਦੇ ਦਾ ਬਰਥਡੇ ਅੱਜ। ਔਰ ਆਪਾਂ ਬਰਥਡੇ ਦਾ ਨਾ ਕੇਕ ਤਾਂ ਲਿਆਂਦਾ, ਤੇ ਨਾਲ ਚਾਕੂ ਵੀ ਲਿਆਂਦਾ ਛੋਟਾ ਜਿਹਾ, ਇਹਦੇ ਨਾਲ ਹੀ ਆਪਾਂ ਅਜੀਬਾ ਕਰ ਦਿੰਦੇ ਹਾਂ, ਇਹਦੇ ਨਾਲ ਆਪਾਂ ਕੇਕ ਕੱਟ ਦਿੰਦੇ ਹਾਂ। ਠੀਕ ਆ, ਤੇ ਅੱਜ ਹੈਗਾ ਜਾਕੀ ਦਾ ਬਰਥਡੇ,
ਫਿਲਹਾਲ ਟਾਈਮ ਨਹੀਂ ਸੀਗਾ ਕਿਸੇ ਕੋਲ ਵੀ ਛੋਟਾ ਕੇਕ ਲਾ ਕੇ ਨਾ ਸੈਲੀਬ੍ਰੇਸ਼ਨ ਕਰਨੇ, ਲੇਕਿਨ ਪਾਰਟੀ ਇਹਦੀ ਆਪਾਂ ਕਰਾਂਗੇ ਇਹਨਾਂ ਦੇ ਜਵਾਕਾਂ ਨਾਲ ਵੀਕਐਂਡ ਤੇ ਇਹਨਾਂ ਦੀ ਪਾਰਟੀ। ਯੈਸ ਓਕੇ ਜਾਕੀ ਇਹਦੇ ਫਰੈਂਡਸ ਆਉਣਗੇ ਆਪਣੇ ਬਿਲਡਿੰਗ ਦੇ ਵਿੱਚੋਂ, ਇਹ ਆਪਦਾ ਫੰਕਸ਼ਨ ਕਰਨਗੇ ਠੀਕ ਹੈ। ਤੇ ਉਹ ਮੁੰਡੇ ਦਾ ਗਿਫਟ ਲੈ ਕੇ ਦੋ ਬਈ, ਤੂੰ ਕੀ ਮੰਗਦਾ ਸੀ ਮੇਰੇ ਤੋਂ? ਹੋਰ ਸੁਣਾਓ ਜੀ, ਕੀ ਹਾਲ ਚਾਲ ਹੈ ਤੁਹਾਡਾ? ਠੀਕ ਹੋ? ਸਭ ਖੈਰੀਅਤ ਹੈ? ਕਿੱਦਾਂ ਦੁਬਈ ਦੇ ਹਾਲਾਤ ਕਿੱਦਾਂ ਨੇ? ਦੁਬਈ ਵਾਲੇ ਹੋ? ਗੋਲਾਪੁਰ ਦੇ ਹਾਲਾਤ ਕਿੱਦਾਂ ਨੇ? ਗੋਲਾਪੁਰ ਵਾਲੇ ਹੋ? ਪੰਜਾਬ ਦੇ? ਪੰਜਾਬ ਦੇ ਤਾਂ ਅੱਜ ਹੱਤ ਹੋ ਗਈ, ਪੰਜਾਬ ਦੇ ਅੱਜ ਭਗਵੰਤ ਮਾਨ ਨੇ ਭਗਵੰਤ ਮਾਨ ਨੇ ਭਜਾਈ ਵਰਦਾ ਸਾਰੇ ਭਗਵੰਤ ਮਾਨ ਕੇ ਡਿਬੇਟ ਤੇ, ਉਹਨੂੰ ਨਾ ਛੇੜਿਆ ਕਰੋ ਯਾਰ। ਜਵਾਬ ਦਿੱਤਾ ਨੀ ਉਹਨਾਂ ਨੇ? ਆਈ ਨੀ ਕੁਰਸੀਆਂ ਖਾਲੀ ਸੀ। ਅੱਛਾ ਜੀ, ਮਤਲਬ ਇਹਨੇ ਚੈਲੰਜ ਕੀਤਾ ਪੁਰਾਣੇ ਪਾਰਟੀਆਂ ਨੂੰ? ਹਾਂ, ਕਹਿੰਦਾ ਡੇਲੀ ਡੇਲੀ ਬੋਲੀ ਜਾਂਦੇ ਹੋ, ਵੈਸੇ ਗੱਲ ਬਹਿ ਕੇ ਗੱਲ ਕਰਦੇ ਆ ਜੋ। ਵੈਸੇ ਗੱਲ ਇੱਕ ਮੰਨਣ ਵਾਲੀ ਆ, ਓਹਨੇ ਨੀ ਕਿਹਾ ਵੀ ਆ ਕੇ ਆਜੋ ਡਿਬੇਟ ਕਰੋ ਆਪਾਂ ਮੁੱਦਿਆਂ ਤੇ ਬਹਿਸ ਕਰ। ਠੀਕ ਆ, ਜਿਹੜਾ ਸੱਚਾ ਹੋਊ ਉਹ ਭਾਈ ਡਿਬੇਟ ਜਿੱਤੂ। ਵੈਸੇ ਡਿਬੇਟ ਚ ਕੋਈ ਜਿੱਤਦਾ ਤਾਂ ਹੁੰਦਾ ਨੀ, ਲੇਕਿਨ ਦੁਨੀਆਂ ਨੂੰ ਨੌਲੇਜ ਆ ਜਾਂਦੀ ਹੈ ਵੀ ਹਾਂ ਕਿਹੜਾ ਬੰਦਾ ਕਿਹੋ ਜਿਹਾ। ਇਹਨੇ ਡਾਕੂਮੈਂਟ ਕੱਢੀ ਫਿਰਦੇ ਨਾ ਪੁਰਾਣੇ, ਉਹਨਾਂ ਦੇ ਦੱਸਿਆ ਬਾਅਦ ਚੋਂ ਵੀ ਇਹਨੇ ਗੋਡਣੀਆਂ ਲਵਾ ਦੇਣੀਆਂ ਸੀ, ਉਹ ਤਾਂ ਨਹੀਂ ਆਏ। ਆਪਾਂ ਜਿਹਦੇ ਵੱਡੇ ਫੈਨ ਸੁਖਵੀਰ ਸਿੰਘ ਬਾਦਲ ਦੇ, ਬਈ ਹੱਥ ਆਪਾਂ ਉਹਦੀ ਵਾਹਲੀ ਲਈ ਅੱਜ ਇਹਨੇ। ਕੀ ਕਹਿੰਦਾ ਉਹ? ਕਹਿੰਦਾ ਇਹ ਰਹਿਣ ਦੋ ਯਾਰ, ਇਹਦੀ ਗੱਲ ਨਾ ਕਰਿਆ ਕਰੋਗੇ। ਆਪਾਂ ਫੈਨ ਆ ਬਈ ਸੁਖਵੀਰ ਸਿੰਘ ਬਾਦਲ ਜੀ ਦੇ, ਬਾਦਲ ਹੱਥ ਘੈਂਟ ਬੰਦਾ ਉਹ। ਚਲੀਏ ਫਿਰ ਆਪਾਂ, ਚਲੋ ਚਲੋ। ਅੱਛਾ ਮੈਂ ਤਾਂ ਇਹ ਕਹਿੰਦਾ ਵਾ ਬਈ ਅੱਜ ਪਾਰਟੀਆਂ ਸ਼ਾਰਟੀਆਂ ਨਾ ਸਲੀਮ, ਪਾਰਟੀਆਂ ਸ਼ਾਰਟੀਆਂ ਨੂੰ ਜਿਹੜੀਆਂ ਤਿੰਨੇ ਪਾਰਟੀਆਂ ਪੰਜਾਬ ਦੀਆਂ, ਉਹਨਾਂ ਨੂੰ ਇਕੱਠੇ ਹੋਣਾ ਚਾਹੀਦਾ ਸੀ ਅੱਜ, ਚਾਹੀਦਾ ਸੀ ਬਾਈ। ਹੈਂ? ਹੁਣ ਉਹ ਜਮਾਂ ਝੂਠੇ ਪੈ ਗਏ ਵੀ ਉਹ ਝੂਠੇ ਸੀ। ਹੁਣ ਚਾਹੇ ਜਿੰਨੇ ਮਰਜ਼ੀ ਵੀਡੀਓ ਪਾਈ ਜਾਣ, ਉਹਨਾਂ ਨੇ ਡਿਬੇਟ 'ਚ ਇਹਨਾਂ ਨੂੰ ਬੁਲਾ ਲਿਆ, ਇਹਦਾ ਇਕੱਠ ਕਰ ਲਿਆ, ਇਹ ਬੰਦ ਕਰਤਾ, ਉਹ ਬੰਦ ਕਰਤਾ, ਬਹੁਤ ਵੀਡੀਓ ਆਉਣੀਆਂ ਹੁਣ ਇਹਦੇ 'ਤੇ ਨਹੀਂ ਬੋਲਣਾ। ਉਹਨਾਂ ਦੀ ਗੱਲ ਬਾਹਰ ਆਉਣੀ ਆਉਣੀ ਸੀ, ਜੇ ਉਹ ਬੋਲਦੇ ਜਾ ਕੇ ਅੰਦਰ ਉਹਨਾਂ ਨੂੰ ਆਉਣਾ ਚਾਹੀਦਾ ਸੀ। ਝੂਠੇ ਸੀ ਤਾਂ ਨਹੀਂ ਆਏ ਭੈਣ, ਗੱਲ ਸੌਰੀ ਝੂਠੇ ਹੀ ਆ ਬਾਈ। ਹਾਂ ਹੈ ਨਾ, ਉਹ ਪੋਤੜੇ ਫੋਲ ਦੇਣੇ ਸੀ ਉਹਨੇ, ਇਹਨੂੰ 1.5 ਸਾਲ ਹੋਇਆ ਹਜੇ। ਭਗਵੰਤ ਮਾਨ ਦੀ ਇਮਾਨਦਾਰੀ ਤੇ ਨੀ ਕੋਈ ਸ਼ੱਕ ਕਰ ਸਕਦਾ, ਜਾਂ ਉਹਦੀ ਨੌਲੇਜ ਤੇ, ਜਾਂ ਉਹਦੀ ਨੌਲੇਜ ਤੇ। ਵੱਧ ਤੋਂ ਵੱਧ ਇਹਦੇ ਕੰਮ ਨੂੰ ਕਹਿ ਦੇਣਗੇ ਆਹ ਨੀ ਕੀਤਾ, ਉਹ ਨੀ ਕੀਤਾ, ਬੇਈਮਾਨ ਤਾਂ ਹੈ ਨੀ ਹੈ ਨਾ, ਉਹ ਨੀ ਕੱਢ ਸਕਦੇ ਤੇ ਉਹਨੇ ਬੇਈਮਾਨੀ ਇਹਨਾਂ ਦੀਆਂ। ਹੁਣ ਸਮਝ ਅਗਰ ਤੂੰ ਕੋਈ ਕਰਪਸ਼ਨ ਕੀਤੀ ਆ ਤੇ ਤੂੰ ਮੈਂ ਮੇਰੇ ਕੋਲ ਤੇਰੇ ਸਾਰਾ ਕੱਚਾ ਚਿੱਠਾ ਪਿਆ ਵਿਦ ਡਾਕੂਮੈਂਟ, ਮੈਨੂੰ ਖਤਰਾ ਜਾਂ ਮੈਨੂੰ ਖਤਰਾ? ਮੈਨੂੰ ਹੀ ਖਤਰਾ, ਮੈਂ ਤਾਂ ਬਾਈ ਜੀ ਕਹਿਣਾ ਤੇ ਤਾਂ ਦੂਰ ਰਹੂੰਗਾ ਵੀ ਜਿੱਥੇ ਤੂੰ ਬੋਲਦਾ ਮੈਂ ਬੋਲਾਂ ਹੀ ਨਾ, ਉੱਥੋਂ ਨਿਕਲੀ ਜਾ। ਹਾਂ ਵੀ ਮੈਂ ਤੈਨੂੰ ਕਹਦੇ ਹਿਸਾਬ ਇਹਨਾਂ ਨੇ ਕੀਤਾ, ਜਦੋਂ ਕਾਗਜ਼ ਪੱਤਰ ਲਈ ਬੈਠਾ ਸੀ ਉਹਨੇ ਨਾ ਆਉਣ ਤੇ ਵੀ ਆਪਦੀ ਦਲੀਲਾਂ ਦੇਤੀਆਂ ਬਾਈ, ਮੈਂ ਦੇਖੀਆਂ ਵੀਡੀਓ। ਉਹ ਪਾਣੀ ਦੇ ਮੁੱਦੇ ਤੇ ਵੀ ਬੋਲਿਆ, ਉਹ ਪੰਜਾਬ 'ਚ ਜਿਹੜਾ ਕਰਜ਼ਾ ਚੜਿਆ ਕਿਹੜੇ ਸੰਨ 'ਚ ਚੜਿਆ, ਕਿਵੇਂ ਗ੍ਰੋਗ੍ਰਾਫ 1,00,000 ਕਰੋੜ ਕਾਂਗਰਸੀਆਂ ਨੇ ਵੀ ਲਿਆ, ਅਕਾਲੀਆਂ ਨੇ ਵੀ ਲਿਆ, 1,00,000 ਕਰੋੜ ਖਾ ਗਏ ਹਨਾ। ਫਿਰ ਆਪ ਜਿਹੜੇ ਟੂਲ ਪਲਾਜ਼ਿਆਂ ਤੇ ਬੋਲਿਆ ਵਾ, ਮਤਲਬ ਜੋ ਬੋਲਿਆ ਬਈ ਸਹੀ ਬੋਲਿਆ ਵਿਦ ਪੇਪਰ ਬੋਲਿਆ। ਅਸੀਂ ਉਹ ਕਰਦੇ ਹਾਂ ਵੀ
ਬੁਰਾ ਨਹੀਂ ਕਿਸੇ ਨੂੰ ਕਹਿੰਦੇ ਪਾਰਟੀਆਂ ਤਾਂ ਫਿਰ ਜਿਹੜੀ ਜਿਹੜਾ ਜਿਹੜੀ ਜਦੋਂ ਪਾਵਰ ਚ ਆਉਂਦਾ ਵਾ ਥੋੜੀ ਮੋਟੀ ਦਾ ਚਲਾਉਂਦਾ ਹੀ ਹੁੰਦਾ ਥੋੜੀ ਬਹੁਤੀ ਚੱਲਦੀ ਹੁੰਦੀ ਆ ਹਰੇਕ ਦੀ ਹਨਾ ਤੇ ਮੈਂ ਮਤਲਬ ਅਗਰ ਆ ਜਾਂਦੇ ਦੋ ਘੜੀ ਸ਼ੁਗਰ ਲਾ ਕੇ ਪੰਜਾਬ ਦੀ ਜਨਤਾ ਨੂੰ ਕੋਈ ਟੋਪਿਕ ਮਿਲ ਜਾਂਦਾ ਹਨਾ ਪੂਰੇ ਪੰਜਾਬ ਨੂੰ ਅੱਜ ਦੇ ਦਿਨ ਦੀ ਵੇਟ ਸੀਗੀ ਯਾਰ ਉਹ ਆਏ ਨੀ ਇੱਕ ਵੀ ਨੀ ਆਇਆ ਪੂਰੀ ਧੱਕ ਪੈਣੀ ਸੀ ਸਾਨੂੰ ਉਮੀਦ ਸੀ ਤੁਸੀਂ ਗਰਾਊਂਡ ਚ ਉਤਰਦੇ ਕਿਉਂ ਉਹਨੇ ਗੱਲਾਂ ਵੀ ਬਹੁਤ ਘੈਂਟ ਕਰਾਉਣੀ ਉਹਨੇ ਵੱਖੀਆਂ ਤਲਾ ਦੇਣੀਆਂ ਸੀ ਯਾਰ ਕਹੀ ਆ ਯਾਰ ਮਿਸ ਯੂ ਤੇ ਗੱਲ ਹੈਗੀ ਏਦਾਂ ਮਤਲਬ ਆਹ ਟੋਪਿਕ ਚੱਲਦੇ ਅੱਜ ਕੱਲ ਅਗਰ ਹੋ ਜਾਂਦਾ ਤਾਂ ਭਗਵੰਤ ਮਾਨ ਇਸ ਵਕਤ ਦਾ ਸਿੱਧਾ ਜਾ ਰਿਹਾ ਵਾ ਇਸ ਟਾਈਮ ਤਾਂ ਅੱਜ ਵਾਲੇ ਜੋ ਕੰਮ ਚ ਤੁਹਾਨੂੰ ਦੱਸਦਾ ਡੋਂਟ ਜੱਜ ਆਵਰ ਪੁਆਇੰਟ ਆਫ ਵਿਊ ਓਕੇ ਇਹ ਜਸਟ ਵਾਰਤਾਲਾਪ ਆ ਬੋਲ ਸਕਦੇ ਇਹਨੂੰ ਇੱਕ 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 ਤਰਫਾ ਉਹ ਨਾ ਮੰਨਿਓ ਜੋ ਵੀ ਆ ਠੀਕ ਆ ਇੱਕ ਟੋਕ ਕਰ ਰਹੇ ਕਿ ਇੱਕ ਮੈਟਰ ਚੱਲਿਆ ਮਤਲਬ ਉਹਨੇ ਸੱਦਾ ਦਿੱਤਾ ਪਹਿਲੀ ਵਾਰ ਹੋਇਆ ਸਾਰਾ ਕੁਛ ਇਹ ਹਨਾ ਪਰ ਇੱਕ ਗੱਲ ਇਹ ਵੀ ਮੈਂ ਦੱਸ ਦਿੰਦਾ ਤੈਨੂੰ ਆ ਜਿੰਨੇ ਆਮ ਆਦਮੀ ਪਾਰਟੀ ਦੇ ਬਣੇ ਆ ਪਹਿਲਾਂ ਵੋਟਾਂ ਤੋਂ ਪਹਿਲਾਂ ਕਿਵੇਂ ਇੱਕ ਤਾਂ ਜਿਹੜਾ ਬਹੁਤ ਚੇਂਜ ਹੋਇਆ ਬਾਈ ਇੱਕ ਤਾਂ ਜਿਹੜਾ ਮੋਬਾਈਲ ਵੇਚਦਾ ਸੀ ਮੁੰਡਾ ਹੱਥ ਜੋੜ ਜੋੜ ਵੋਟਾਂ ਮੰਗੀਆਂ ਹੈ ਉਹ ਵੋਟਾਂ ਤੋਂ ਪਹਿਲਾਂ ਕਿਵੇਂ ਦਿੰਦੇ ਸੀ ਪੋਸਟਰ ਵਾਂਗੂ ਹਨਾ ਤੁਰੇ ਜਾਂਦੇ ਸਾਰੇ ਪਤਾ ਤੁਹਾਨੂੰ ਸੋਸ਼ਲ ਮੀਡੀਆ ਸਾਰੇ ਪਾਸੇ ਮਿਲ ਜਾਂਦੇ ਸੀ ਲੇਕਿਨ ਹੁਣ ਨੀ ਮਿਲਦੇ ਹੁਣ ਕਦੇ ਨੀ ਇਹਨਾਂ ਦੀ ਕੋਈ ਸੋਸ਼ਲਾਈਜ਼ ਮਤਲਬ ਕੋਈ ਵੀਡੀਓ ਆਈ ਜਾਂ ਕਿਸੇ ਨੂੰ ਕੋਲੇ ਗਏ ਯਕੀਨ ਇੱਕ ਬੰਦੇ ਦੇ ਯਕੀਨ ਆ ਉਹ ਹੈਗਾ ਭਗਵੰਤ ਮਾਨ ਉਹ ਲੱਗਦਾ ਵੀ ਇਮਾਨਦਾਰ ਆ ਬਸ ਇਮਾਨਦਾਰ ਆ ਨਾ ਬਾਕੀ ਜਿਹਨੂੰ ਜਿਹਨੂੰ ਦਾ ਲੱਗਿਆ ਬਾਈ ਉਹ ਤਾਂ ਮੰਡੂਗਾ ਹੋਰ ਤਾਂ ਆਪਾਂ ਨੂੰ ਕੋਈ ਚੰਗਾ ਲੱਗਦਾ ਨੀ ਇਹ ਮਤਲਬ ਚੱਲਦੀ ਆ ਹਲੇ ਪੰਜਾਬ ਦੇ ਵਿੱਚ ਮੈਨੂੰ ਲੱਗਦਾ ਇਸ ਵਕਤ ਜੋ ਇੱਕ ਕਰਪਸ਼ਨ ਨੂੰ ਛੱਡ ਕੇ ਹਲੇ ਕਰਪਸ਼ਨ 'ਤੇ ਤਾਂ ਲਗਾਮ ਪੈਣੀ ਆ ਨਹੀਂ ਪੈਣੀ ਉਹ ਤਾਂ ਬਾਅਦ ਦੀ ਗੱਲ ਆ ਇੱਕ ਇਹ ਗੈਂਗਵਾਰ ਦੀ ਜਿਹੜੀ ਅੱਜ ਕੱਲ੍ਹ ਮਤਲਬ ਗੋਲੀਆਂ ਜਿਹੜੀ ਆ ਕੇ ਤੋਨੇ ਆਉਂਦੇ ਆ ਹਨਾ ਬਹੁਤ ਹੋਇਆ ਕਿੰਨੀ ਲੁੱਟ ਖੋਹ ਜਿਹੜੀ ਰੋਡਾਂ 'ਤੇ ਖੜ ਕੇ ਹੋ ਰਹੀ ਆ ਅਤੇ ਇੱਕ ਜਿਹੜੇ ਪ੍ਰਵਾਸੀ ਆਪਣੇ ਆਉਂਦੇ ਆ ਪੰਜਾਬ ਦੇ ਵਿੱਚ ਕਿਸੇ ਨਾਲ ਕੋਈ ਲੈਣਾ ਦੇਣਾ ਨਹੀਂ ਆ ਸਕਦਾ ਕੋਈ ਵੀ ਕਿਤੇ ਵੀ ਜਾ ਕੇ ਰੋਜ਼ੀ ਰੋਟੀ ਕਮਾ ਸਕਦਾ ਅਸੀਂ ਵੀ ਬਾਹਰ ਆਏ ਹਾਂ ਦੂਜੀਆਂ ਕੰਟਰੀ 'ਚ ਲੇਕਿਨ ਅਸੀਂ ਇਹਨਾਂ ਦੇ ਰੂਲਸ ਐਂਡ ਰੈਗੂਲੇਸ਼ਨ 'ਤੇ ਚੱਲਦੇ ਹਾਂ ਫੋਲੋ ਕਰਦੇ ਹਾਂ ਗੰਦ ਨਹੀਂ ਪਾਉਂਦੇ ਸਾਫ਼ ਸੁਥਰਾ ਰਹਿੰਦੇ ਹਾਂ ਉਹੀ ਚੀਜ਼ ਨੂੰ ਫੋਲੋ ਕਰਦੇ ਜੋ ਸਾਨੂੰ ਹੋਰ ਕੰਟਰੀ ਦਾ ਰੂਲ ਕਹਿ ਰਿਹਾ ਹੁੰਦਾ ਕੰਮ ਸਟਾਰਟ ਕੀਤਾ ਤਾਂ ਆਪਾਂ ਰੂਲ ਦੇ ਅਕੋਰਡਿੰਗ ਲਾਇਸੈਂਸ ਲਏ ਅਪਰੂਵਲਾਂ ਲਈਆਂ ਕਿੰਨਾ ਕੁਝ ਕਰਾਇਆ ਤੁਸੀਂ ਮੈਨੂੰ ਜਿੱਥੇ ਤੱਕ ਲੱਗਦਾ ਹਾਂ ਮੈਨੂੰ ਜਿੱਥੇ ਤੱਕ ਲੱਗਦਾ ਹਿਮਾਚਲ ਦੇ ਵਿੱਚ ਵੀ ਤੁਸੀਂ ਜਾ ਕੇ ਜ਼ਮੀਨ ਨਹੀਂ ਲੈ ਸਕਦੇ ਨਹੀਂ ਲੈ ਸਕਦੇ ਠੀਕ ਹੈ ਬਹੁਤ ਸਾਰੀਆਂ ਇਹੋ ਜਿਹੀਆਂ ਸਟੇਟਾਂ ਨੇ ਜਿੱਥੇ ਤੁਸੀਂ ਜ਼ਮੀਨ ਨਹੀਂ ਲੈ ਸਕਦੇ ਛੇਤੀ ਹੈ ਅਤੇ ਪੰਜਾਬ ਦੇ ਵਿੱਚ ਹੀ ਕਿਉਂ ਇਹ ਚੀਜ਼ਾਂ ਨੂੰ ਥੋੜ੍ਹਾ ਜਿਹਾ ਰੂਲ ਮਤਲਬ ਅਗਰ ਬਣ ਜਾਣ ਆ ਕਰੰਟ ਗਵਰਨਮੈਂਟ ਨੂੰ ਇਹ 'ਤੇ ਕੰਮ ਕਰਨਾ ਚਾਹੀਦਾ ਕੋਈ ਨਹੀਂ ਹੈਗਾ ਕੋਈ ਕਿਸੇ ਦਾ ਵੈਰੀ ਨਹੀਂ ਹੈਗਾ ਆਓ ਰੋਜ਼ੀ ਰੋਟੀ ਕਮਾਓ ਰਵੋ ਹੈ ਨਾ ਕੋਈ ਟੈਨਸ਼ਨ ਨਹੀਂ ਲੇਕਿਨ ਦੂਜੀਆਂ ਸਟੇਟਾਂ ਨੂੰ ਤਾਂ ਚੱਲੋ ਥੋੜ੍ਹਾ ਥੋੜ੍ਹਾ ਜਿਹਾ ਬਣਾ ਕੇ ਵੀ ਹਾਂ ਯਾਰ ਆਹ ਬੰਦੇ ਵੀ ਪੰਜਾਬ ਦੇ ਵਿੱਚ ਜ਼ਮੀਨ ਤੁਸੀਂ ਨਹੀਂ ਖਰੀਦ ਸਕਦੇ ਆ ਅਸੀਂ ਅੱਜ ਸਾਡਾ ਆਪਣਾ ਬਿਜ਼ਨਸ ਆ ਦੁਬਈ ਦੇ ਵਿੱਚ ਇਹਨਾਂ ਨੇ ਇਹਦਾ ਰੂਲ ਆ ਦੁਬਈ ਦਾ ਅਗਰ ਤੁਸੀਂ ਲਾਇਸੈਂਸ ਬਣਾਉਂਦੇ ਅਗਰ LLC ਲਾਇਸੈਂਸ ਨਹੀਂ ਹੈਗਾ ਤਾਂ ਤੁਹਾਨੂੰ ਸਪੋਂਸਰ ਹਾਇਰ ਕਰਨਾ ਪੈਣਾ ਉਹ ਲੋਕਲ ਆ ਇੱਥੋਂ ਦਾ ਔਰ ਉਹਦੀ ਫੀਸ ਆ 5000 ਦਰਾਮ ਅਲੱਗ ਅਲੱਗ 5000 ਤੋਂ ਤਾਂ ਉੱਤੇ ਹੀ ਆ 5000 ਤੋਂ ਤਾਂ ਉੱਤੇ ਹੀ ਆ ਫੀਸ 5000 ਵੀ ਆ 7 ਵੀ ਆ 10 ਵੀ ਚਲੀ ਜਾਂਦੀ ਆ ਉਹ ਲੋਕਲ ਨੂੰ ਬੈਠੇ ਬਿਠਾਏ ਪੈਸਾ ਬਣ ਜਾਣਾ ਵਾ ਠੀਕ ਆ ਉਹਦੀ ਫੀਸ ਆ ਉਹ ਸਾਲ ਦੀ ਲਾ ਲਾ ਉਹਨੂੰ ਦੇਣੀ ਦੇਣੀ ਆ ਕਮ ਸੇ ਕਮ ਇੱਕ ਮਨੀ ਤਾਂ ਉਹਦੇ ਕੋਲ ਪਾਰਟ ਗਿਆ ਨਾ ਔਰ ਗੌਰਮੈਂਟ ਨੇ ਇੱਥੋਂ ਦੇ ਲੀਡਰ ਨੇ ਇੰਨਾ ਤਾਂ ਆਪਦੇ ਬੰਦਿਆਂ ਬਾਰੇ ਸੋਚਿਆ ਤੁਸੀਂ ਵੀ ਇਹੋ ਜਿਹੀ ਕੋਈ ਪਾਵਰ ਕੱਢੋ ਵੀ ਜੋ ਕਿ ਬਾਹਰਲਾ ਬੰਦਾ ਪ੍ਰਵਾਸੀ ਆਉਂਦਾ ਉਹਨੇ ਕੰਮ ਧੰਦਾ ਕਰਨਾ ਤੁਸੀਂ ਲੋਕਲਾਂ ਨੂੰ ਨਾ ਦਿਓ ਉੱਥੋਂ ਦੇ ਉਹਨੂੰ ਕੋਈ ਹੋਰ ਚੈਰਿਟੀ ਜਾਂ ਕੋਈ ਸੋਸ਼ਲਾਈਜ਼ ਕੋਈ ਵੀ ਚੀਜ਼ ਦੇ ਵਿੱਚ ਉਹਨਾਂ ਤੋਂ ਪੈਸੇ ਐਡ ਕਰਵਾਓ ਜਾਂ ਉਹਨਾਂ ਨੂੰ ਕੋਈ ਰੂਲਸ ਐਂਡ ਰੈਗੂਲੇਸ਼ਨ ਦਿਓ ਬਾਈ ਤੁਹਾਨੂੰ ਆਹ ਫੋਲੋ ਕਰਨੇ ਪੈਣੇ ਆ ਹੁਣ ਤਾਂ ਉੱਧਰੋਂ ਮਤਲਬ ਹੁਣ ਆਪਾਂ ਨੂੰ ਕੀ ਪਤਾ ਕਿਹੜਾ ਬੰਦਾ ਕਰਪਟ ਵਾਲਾ ਕਿਹੜਾ ਚੋਰ ਆ ਕਿਹੜਾ ਡਕੈਤ ਆ ਕੇ ਇੱਧਰ ਆਰਾਮ ਨਾਲ ਰਹਿ ਰਿਹਾ ਇੱਥੇ ਜਗ੍ਹਾ ਵੀ ਲੈ ਰਿਹਾ ਫਿਰ ਉਹਦੀਆਂ ਹਰਕਤਾਂ ਇੱਥੇ ਹੋ ਰਹੀਆਂ ਨੇ
ਕ੍ਰਾਈਮ ਵਾਰਦਾਤ ਵੱਧ ਰਹੀ ਹੈ ਸਾਰੀ ਹੈਂ ਅੱਜ ਕੱਲ੍ਹ ਉਹ ਪਿੱਛੇ ਦੁਸਹਿਰੇ ਦੀਆਂ ਫੋਟੋਆਂ ਦੇਖ ਕੇ ਦਿਲ ਘਬਰਾਉਂਦਾ ਕਿ ਯਾਰ ਪੰਜਾਬੀ ਤਾਂ ਉੱਥੇ ਕੋਈ ਦੇਖ ਹੀ ਨਹੀਂ ਰਿਹਾ ਇੱਕ ਟਾਈਮ ਸੀਗਾ ਜਿੱਥੇ ਪੱਗਾਂ ਹੀ ਪੱਗਾਂ ਸਾਡੇ ਪੰਜਾਬ 'ਚ ਚਮਕਦੀਆਂ ਸੀਗੀਆਂ ਠੀਕ ਹੈ ਕੋਈ ਵੀ ਰਸ਼ ਹੁੰਦਾ ਸੀਗਾ ਲੇਕਿਨ ਹੁਣ ਤਾਂ ਉੱਥੇ ਕੁਛ ਵੀ ਨਹੀਂ ਸਾਰੇ ਮਤਲਬ ਪ੍ਰਵਾਸੀ ਦੋਸਤ ਹੀ ਨੇ ਆਪਣੇ ਉੱਥੇ ਹੈ ਨਾ ਅਤੇ ਆਹ ਥੋੜ੍ਹਾ ਦਿਲ ਪੜਾ ਸੀ ਆ ਹੋਰ ਤਾਂ ਕੁਛ ਨਹੀਂ ਬਾਕੀ ਦੇਖ ਲੈਂਦੇ ਹਾਂ ਕਿਉਂ ਸੀ ਹਜੇ ਹੋਰ ਵੀ ਗੱਲਾਂ ਯਾਰ ਦਿਲ ਤਾਂ ਬਹੁਤ ਭਰਿਆ ਹੁੰਦਾ ਗੱਲਾਂ ਕਰਨ ਨੂੰ ਲੇਕਿਨ ਚੱਲ ਕੋਈ ਗੱਲ ਨਹੀਂ ਅਗਰ ਆਹ ਰੂਲ ਬਣ ਜਾਣ ਕਿਹੜੇ ਕਿਹੜੇ ਕਰਪਸ਼ਨ ਰੁਕੇ ਨਾ ਰੁਕੇ ਉਹ ਮੈਨੂੰ ਪਤਾ ਉਹ ਨਹੀਂ ਰੁਕਣੀ ਕਿਸੇ ਕੰਮ ਬਹੁਤ ਔਖੀ ਹੈ ਰੁਕਣੀ ਪਰ ਗੈਂਗਵਾਰ ਰੋਕ ਸਕਦਾ ਆਪਣਾ ਕਰੰਟ ਸੀ ਐਮ ਠੀਕ ਆ ਜਿਹੜੇ ਫਰੌਤੀ ਵਾਲੇ ਆਉਂਦੇ ਆ ਗੋਲੀਆਂ ਮਾਰ ਕੇ ਚੱਲਿਆ ਸੁਣਦੇ ਹਾਂ ਡੇਲੀ ਕਿਸੇ ਨਾ ਕਿਸੇ ਗੋਲੀ ਵੱਜੀ ਹੁੰਦੀ ਆ ਫਿਰ ਰੋਡਾਂ 'ਤੇ ਖੜ੍ਹ ਕੇ ਜਿਹੜੀ ਚੋਟ ਡਕੈਤੀ ਆਹ ਵੱਧ ਰਹੇ ਨੇ ਨਿੱਕੇ ਨਿੱਕੇ ਮੁੰਡੇ ਯੰਗ 15-16 ਸਾਲਾਂ ਦੇ ਡੱਬ 'ਚ ਰਿਵੋਲਵਰ ਪਾਈ ਫਿਰਦੇ ਨੇ ਹੈਂ ਵਾਰਦਾਤਾਂ ਵੱਧ ਰਹੀਆਂ ਨੇ ਚੋਰੀਆਂ ਵੱਧ ਰਹੀਆਂ ਨੇ ਇਹ ਜਿਹੜਾ ਲੋਅ ਐਂਡ ਆਰਡਰ ਹੈ ਨਾ ਇਹ ਡਿਸਟਰਬ ਹੋ ਰਿਹਾ ਵਾ ਫਿਰ ਆਵਾਮ ਦੇ ਦਿਲਾਂ ਵਿੱਚ ਇਹ ਚੀਜ਼ ਆ ਰਹੀ ਹੈ ਕਿ ਯਾਰ ਸ਼ਾਇਦ ਇਹ ਗੌਰਮੈਂਟ ਫੇਲ ਹੋ ਰਹੀ ਆ ਹੈ ਨਾ ਇਹ ਚੀਜ਼ ਨੂੰ ਕੰਟਰੋਲ ਨਹੀਂ ਕਰ ਪਾ ਰਹੀ ਔਰ ਉਹ ਸ਼ਾਇਦ ਆਉਣ ਵਾਲੇ ਟਾਈਮ ਦੇ ਵਿੱਚ ਇਹ ਮੁੱਦਾ ਕਾਫੀ ਵੱਡਾ ਬਣ ਸਕਦਾ ਵਾ ਕੰਮ ਹੋ ਰਿਹਾ ਹੈ ਨਾ ਕਰ ਰਿਹਾ ਸਕੂਲ ਵੀ ਬਣਨਗੇ ਸਾਰਾ ਕੁਛ ਇਨਫਰਾ ਅਗਰ ਦਿੱਲੀ ਦੇ ਇਹ ਨਕਸ਼ੇ 'ਤੇ ਚੱਲਦੇ ਨੇ ਅਤੇ ਉਹ ਕੋਈ ਗੱਲ ਨਹੀਂ ਉਹ ਵੀ ਇੱਕ ਬੜੀ ਵਧੀਆ ਚੀਜ਼ ਆ ਉਹੀ ਐਕਚੁਲੀ ਉਹ ਡਿਵਲਪਮੈਂਟ ਹੁੰਦੀ ਆ ਲੇਕਿਨ ਆਹ ਵੀ ਬਹੁਤ ਜ਼ਰੂਰੀ ਆ ਸੇਫਟੀ ਪਰਸਨਲ ਸੇਫਟੀ ਕੋਈ ਬਿਜ਼ਨਸਮੈਨ ਆ ਰਿਹਾ ਸਮਝ ਲਓ ਕਿ ਅਗਰ ਕਿਸੇ ਬੰਦੇ ਨੇ ਦੁਬਈ 'ਚ ਆ ਕੇ ਚਾਰ ਪੈਸੇ ਕਮਾ ਲਏ ਉੱਥੇ ਆ ਕੇ ਇੰਡੀਆ ਕੋਈ ਬਿਜ਼ਨਸ ਕਰਨਾ ਕਿਵੇਂ ਸੋਚ ਲਓ ਬਿਜ਼ਨਸ ਕਰਨ ਦੀ ਯਾਰ ਅਗਰ ਕੱਲ੍ਹ ਨੂੰ ਉਹਨੂੰ ਫਰੌਤੀ ਲਈ ਫੋਨ ਆ ਗਿਆ ਉਹ ਕੀ ਜਾਊ ਉਹ ਕਿੱਥੇ ਜਾਊਗਾ ਠੀਕ ਹੈ ਕਿੰਨਾ ਕੁ ਦਿਨ ਆਪਦੇ ਨਾਲ ਜਾਂ ਦੋ ਗਾਰਡ ਰੱਖ ਕੇ ਘੁੰਮੀ ਜਾਊਗਾ ਗੋਲੀ ਮਾਰ ਕੇ ਨਿਕਲ ਗਿਆ ਮਾਂ ਦਾ ਪੁੱਤ ਗਿਆ ਭੈਣ ਦਾ ਭਾਈ ਗਿਆ ਸਹੀ ਆ ਚਲੋ ਜੀ ਓਕੇ ਬਾਏ ਟਾਟਾ ਉਹ ਕੀ ਉਹ ਉਹਨਾਂ ਨੇ ਜਾ ਕੇ ਸ਼ਾਮ ਨੂੰ ਚਿੱਟਾ ਲਾ ਲੈਣਾ ਜਿਨ੍ਹਾਂ ਨੇ ਗੋਲੀ ਮਾਰੀ ਆ ਬਸ ਇੱਦਾਂ ਥੋੜ੍ਹਾ ਜਿਹਾ ਧਿਆਨ ਨਾਲ ਕਿਉਂ ਅਸਲੀਮ ਕੁਛ ਹੋਰ ਬਸ ਓਕੇ ਆ ਭਗਵੰਤ ਮਾਨ ਸਾਹਿਬ ਬੱਲੇ ਬੱਲੇ ਅੱਜ ਤਾਂ ਬੱਲੇ ਬੱਲੇ ਹਾਂ